लो जी असी करदे करांदे वड़ गए हैं जी शॉपिंग मॉल दे विच ते हुण देखदे हैं भी मैडम कहिंदे भी कुछ लैणा ते इत्थे असी देखे कि फ्रूट बड़े फ्रैश फ्रैश पिछे फिर साडी गलबात चल पी थोड़े आर्गूमेंट चले ते फिर थोड़ियां गल्लां बातां होईयां साडियां कि आ फल मिठा आ फल मिठा फिर असीं आपस दे विच कहण लग पए कि नहीं भी ये आ फल ज़्यादा स्वाद होगा आ होगा फिर अं थोड़ा जहा मैं दिखाने लग पाया भी अपने सारे ही जिन्हें साढ़े फॉलोवर तो फिर इदा ही गल करते करते असी तुर पे अगे जी तो गल्लां बातों का सिलसिला जड़ा जारी चल रहा सी ते आ देखो पिछे तो बड़ा एक बड़ी इत्थे फ्रैशनेस जी फील होंदी बंदे नूं आके ते आपां फिर सारा दिखाउण लगे घुमा के चारे पासे कैमरा ते इत्थे तुसी फ्रैश सब्जियां लै सकदे आ ते इधर मैडम ने साडे ने भी चक लिया सारा कुछ जो पीण दा जी करदा सी चलो जी चली जाण दो भी कोई भी चीज़ रह ना जावे देखो ਅਤੇ ਹੁਣ ਦੇਖਦੇ ਮੈਂ ਆਪਣੇ ਲਈ ਕੁਝ ਲੈਣਾ ਸੀ ਪੀਣ ਦੇ ਲਈ ਅਤੇ ਮੈਂ ਲੱਭ ਰਿਹਾ ਸੀ ਅਤੇ ਫਿਰ ਜੋ ਮੈਂ ਲੱਭ ਰਿਹਾ ਸੀ ਉਹ ਮੈਨੂੰ ਮਿਲਿਆ ਨਹੀਂ ਅਤੇ ਮੈਡਮ ਨੇ ਜੋ ਲੈਣਾ ਸੀ ਉਹ ਲੈ ਲਿਆ ਅਤੇ ਫਿਰ ਅਸੀਂ ਮੈਡਮ ਗੱਲਾਂ ਕਰਨ ਲੱਗ ਪਏ ਮੇਰੇ ਨਾਲ ਕਿ ਹਾਂ ਵੀ ਇੱਥੇ ਸਭ ਕੁਝ ਈਜ਼ੀ ਮਿਲ ਜਾਂਦਾ ਵਧੀਆ ਮਿਲ ਜਾਂਦਾ ਅਤੇ ਵੀ ਨਾਲ ਦੀ ਨਾਲ ਹੁਣ ਅਸੀਂ ਗੱਲਬਾਤ ਕਰ ਰਹੇ ਸੀ ਕਿ ਟੇਸਟ ਇੱਦਾਂ ਕਿੱਦਾਂ ਦਾ ਹੋਊਗਾ ਅਤੇ ਆਪਾਂ ਫਿਰ ਆ ਗਏ ਜੀ ਇੱਧਰ ਸਬਜ਼ੀਆਂ ਵਾਲੀ ਸਾਈਡ 'ਤੇ ਅਤੇ ਇੱਥੇ ਸਬਜ਼ੀਆਂ ਦੇਖੀਆਂ ਬੜੀਆਂ ਫਰੈਸ਼ ਫਰੈਸ਼ ਲੱਗ ਰਹੀਆਂ ਸੀ ਅਤੇ ਮੈਂ ਕਿਹਾ ਚਲੋ ਕਿਉਂ ਨਾ ਕੈਮਰਾ ਘੁਮਾ ਕੇ ਸਾਰਾ ਕੁਛ ਦਿਖਾਇਆ ਜਾਵੇ ਅਤੇ ਫਰੂਟ ਦੇਖਿਆ ਫਰੂਟ ਵੀ ਬੜਾ ਵੱਖ ਵੱਖ ਕਿਸਮਾਂ ਦੇ ਫਰੂਟ ਪਏ ਸੀ ਇੱਥੇ ਅਤੇ ਵੱਖ ਵੱਖ ਕਿਸਮਾਂ ਦੀਆਂ ਸਬਜ਼ੀਆਂ ਪਈਆਂ ਸੀ ਚਲੋ ਜੀ ਇੱਦਾਂ ਹੀ ਆਪਾਂ ਕੈਮਰੇ ਤੋਂ ਘੁਮਾ ਕੇ ਦਿਖਾਉਂਦੇ ਰਹੇ ਅਤੇ ਬੜੀ ਵਧੀਆ ਫੀਲਿੰਗ ਸੀ ਬਹੁਤ ਹੀ ਵਧੀਆ ਆਹ ਦੇਖੋ ਜੀ ਮੈਂ ਚੈੱਕ ਕਰ ਰਿਹਾ ਸੀ ਸਬਜ਼ੀਆਂ ਵਾਕਈ ਫਰੈਸ਼ ਆ ਨਹੀਂ ਨਹੀਂ ਵਾਕਿਆ ਫਰੈਸ਼ ਲੱਗ ਰਹੀਆਂ ਸੀ ਹੈਗੀਆਂ ਸੀ ਫਰੈਸ਼ ਅਤੇ ਆਹ ਦੇਖੋ ਬੜਾ ਜਾਣੀ ਕਿ ਇੱਕ ਇੱਕ ਮਾਹੌਲ ਹੀ ਬੜਾ ਫਰੈਸ਼ ਜਿਹਾ ਉੱਥੇ ਫੀਲ ਹੋ ਰਿਹਾ ਸੀ ਅਤੇ ਬਾਕੀ ਸਾਰੇ ਆਪੋ ਆਪਣੀਆਂ ਕਰ ਰਹੇ ਸੀ ਖਰੀਦੋ ਖਰੀਦੀ ਅਤੇ ਆਪਾਂ ਫਿਰ ਸੋਚਿਆ ਕਿ ਥੋੜ੍ਹਾ ਕਿ ਚਲੋ ਹੋਰ ਅੱਗੇ ਜਾ ਕੇ ਘੁਮਾ ਕੇ ਇੱਥੇ ਪਏ ਆ ਸਾਰੇ ਕਰੇਲੇ ਵਗੈਰਾ ਭਿੰਡੀ ਅਤੇ ਯਾਨੀ ਕਿ ਸਾਰਾ ਕੁਛ ਫਰੈਸ਼ ਫਰੈਸ਼ ਬੜਾ ਵਧੀਆ ਪਿਆ ਸੀ ਅਤੇ ਯਾਨੀ ਕਿ ਫਿਰ ਅੱਗੇ ਆਪਾਂ ਤੁਰ ਪਏ ਥੋੜ੍ਹਾ ਜਿਹਾ ਹੋਰ ਵਿਖਾਉਣ ਲਈ ਅਤੇ ਹੁਣ ਆਪਾਂ ਚੜ੍ਹ ਕੇ ਨੀਚੇ ਆ ਗਏ ਹਾਂ ਥੱਲੇ ਅਤੇ ਨੀਚੇ ਆ ਕੇ ਹੁਣ ਆਪਾਂ ਕਰਾਵਾਂਗੇ ਬਿਲਿੰਗ ਵਗੈਰਾ ਅਤੇ ਬੜੀ ਆ ਹੌਲੀ ਹੌਲੀ ਚਾਰੇ ਪਾਸੇ ਅਸੀਂ ਦੇਖ ਰਹੇ ਸੀ ਅਤੇ ਫਿਰ ਅਸੀਂ ਆ ਗਏ ਹੁਣ ਨੀਚੇ ਚਲੋ ਜੀ ਹੁਣ ਹੁਣ ਲੱਗਾ ਸਾਡਾ ਬਿੱਲ ਅਤੇ ਚਲੋ ਜੀ ਕੱਢ ਲਓ ਜੋ ਪਟਾਰੇ ਦੇ ਵਿੱਚ ਆ ਜੋ ਮੈਡਮ ਨੇ ਲਿਆ ਸੀ ਆਪਣੇ ਖਾਣ ਪੀਣ ਲਈ ਕੱਢ ਲਿਆ ਸੀ ਅਤੇ ਹੁਣ ਸਾਡਾ ਬਿਲਿੰਗ ਹੋਣ ਲੱਗਾ ਆ ਦੇਖੋ ਜੀ ਅਸੀਂ ਲਾ ਤੇ ਚਿਣ ਕੇ ਸਾਰਾ ਸਮਾਨ ਅਤੇ ਹੁਣ ਇਕੱਲੀ ਇਕੱਲੀ ਚੀਜ਼ ਹੋ ਗਏ ਸਕੈਨ ਅਤੇ ਹੋ ਗਿਆ ਬਿੱਲ ਚਲੋ ਜੀ ਓਕੇ ਬਾਏ ਵੀਡੀਓ ਚੰਗੀ ਲੱਗੀ ਸ਼ੇਅਰ ਲਾਈਕ ਕਮੈਂਟ ਅਤੇ ਸਬਸਕ੍ਰਾਈਬ ਕਰ